ਵੀ ਸਾਡੀ ਤੁਸੀਂ ਸੁਣਾਈ ਕਰੋ ਜੀ, ਅਸੀਂ ਤਾਂ ਗਰੀਬ ਬੰਦੇ ਆ, ਪੱਟੇ ਗਏ ਵਾਸਤੇ ਕਿਸੇ ਪਾਸੇ ਦਾ ਦੁੱਧ ਨਹੀਂ ਹੈਗਾ। ਲੁਧਿਆਣਾ ਜ਼ਿਲ੍ਹੇ ਵਿੱਚ ਖੰਨਾ ਨਜ਼ਦੀਕ ਪੈਂਦੇ ਪਿੰਡ ਪ੍ਰੂਬਾ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ, ਕਿਉਂਕਿ ਇਸ ਪਿੰਡ ਦੇ 4 ਨੌਜਵਾਨ ਉੱਤਰਾਖੰਡ ਵਿੱਚ ਗਲੇਸ਼ੀਅਰ ਟੁੱਟਣ ਵਾਲੀ ਜਗ੍ਹਾ ਗੁੰਮ ਹੋ ਗਏ ਨੇ ਅਤੇ ਖਬਰ ਬਣਨ ਤੱਕ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗਾ। 7 ਫਰਵਰੀ ਨੂੰ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਨਾਲ ਧੌਲੀ ਗੰਗਾ ਨਦੀ ਵਿੱਚ ਹੜ੍ਹ ਆ ਗਿਆ ਸੀ ਅਤੇ ਨਦੀ ਦੇ ਕਈ ਬੰਨ ਟੁੱਟ ਗਏ ਸਨ। ਉੱਥੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਚੱਲ ਰਿਹਾ ਹੈ। ਇਸ ਪਿੰਡ ਦੇ 6 ਵਿਅਕਤੀ ਹਾਦਸੇ ਵਾਲੀ ਥਾਂ ਕੰਪਨੀ ਵਿੱਚ ਪਿਛਲੇ 5-6 ਸਾਲਾਂ ਤੋਂ ਮਜ਼ਦੂਰੀ ਕਰਦੇ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ 2 ਮੁੰਡਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਬਾਰੇ ਪਤਾ ਲੱਗਾ ਹੈ ਅਤੇ 4 ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਵੀ ਉਹ ਫਿਰ ਜਦ ਕਹਿੰਦੇ ਨੇ ਵੀ ਅਸੀਂ ਡਿਊਟੀ ਤੇ ਜਾ ਰਹੇ ਹਾਂ, ਜਦ ਤੋਂ ਬਾਅਦ ਇਹ ਕੰਮ ਜੀ ਸਾਨੂੰ ਪਤਾ ਲੱਗਾ ਵੀ ਉੱਥੋਂ ਇਹ ਡਿੱਗ ਪਈ ਉੱਤੇ, ਫਿਰ ਸਾਰਿਆਂ ਨੇ ਭੱਜ ਲਿਆ, ਰੋਣ ਪਿੱਟਣ ਪੈ ਗਿਆ ਸਾਰੇ ਘਰਾਂ 'ਚ। 4 ਮੁੰਡੇ ਨੇ ਉਰੇ ਦੇ ਜਿਹੜੇ ਕਣੋਏ ਹੋਏ ਨੇ। ਬਹੁਤ ਜ਼ਿਆਦਾ ਪਰੇਸ਼ਾਨ ਆ ਘਰ ਦੇ ਵਿੱਚ ਸਾਰੇ, ਮਤਲਬ ਇੱਕ ਕਿਸਮ ਦਾ ਸੋਗ ਹੀ ਪਿਆ ਹੋਇਆ ਵਾ, ਕੋਈ ਕਿਸੇ ਨੂੰ ਵੀ ਕੋਈ ਉਹ ਨਹੀਂ। ਕੱਲ੍ਹ ਪਰਸੋਂ ਦੇ ਇੱਦਾਂ ਹੀ ਅਸੀਂ, ਕੱਲ੍ਹ ਦੇ ਜਦੋਂ ਦੀ ਸਾਨੂੰ ਪਤਾ ਲੱਗਿਆ ਅਸੀਂ ਵੀ ਬਸ ਇੱਦਾਂ ਹੀ ਬੈਠੇ ਹੋਏ ਆ, ਸਾਰਾ ਪਿੰਡ ਹੀ ਪਰੇਸ਼ਾਨ ਦੁਖੀ ਹੋਇਆ ਹੋਇਆ ਵਾ। ਨਹੀਂ ਕਿਸੇ ਨੇ, ਸਾਡੇ ਸਰਕਾਰ ਨੇ ਨਾ ਕਿਸੇ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ, ਕੋਈ ਸਾਨੂੰ ਕੋਈ ਇੱਥੇ ਆ ਕੇ ਕਿਸੇ ਨੇ ਇਹ ਨਹੀਂ ਹੌਸਲਾ ਨਹੀਂ ਦਿੱਤਾ, ਕੋਈ ਨਹੀਂ ਇੱਥੇ ਸਾਡੇ ਕੋਲ ਆ ਕੇ ਖੜਿਆ ਕਿਸੇ ਨੇ ਨਹੀਂ ਸਾਨੂੰ। ਅਸੀਂ ਸਾਡੀ ਇਹੀ ਦਰਖਾਸਤ ਆ ਵੀ ਸਾਨੂੰ ਸਹੀ ਸਲਾਮਤ ਸਾਡੇ ਮੁੰਡੇ ਵਾਪਸ ਘਰ ਪਹੁੰਚ ਜਾਣ, ਬਸ ਆਪਣੇ ਬੱਚਿਆਂ ਦੇ ਵਿੱਚ ਆਪਣੇ ਘਰ ਵਿੱਚ ਆ ਜਾਣ। ਮੇਰੇ 2 ਬੇਟੇ ਜੀ ਉੱਤਰਾਖੰਡ ਗਏ ਸੀ ਜੀ, ਤੇ ਰੋਜ਼ ਪ੍ਰੋਜੈਕਟ 'ਚ ਕੰਮ ਕਰਦੇ ਸੀਗੇ, ਤੇ ਜਿਹੜੇ ਜੋ ਮੁੰਡੇ ਸਾਡੇ ਉੱਥੇ ਗਏ ਹੋਏ ਨੇ ਉਹ ਦੱਸਦੇ ਨੇ ਵੀ ਉਹ ਥੱਲੇ ਦੱਬ ਗਏ ਨੇ ਬਿਲਕੁਲ ਜੀ ਥੱਲੇ। ਸਾਨੂੰ ਕੱਲ੍ਹ ਫਿਰ 10:30 ਫੋਨ ਆਇਆ ਜੀ, ਜਦੋਂ ਮੇਰਾ ਬੇਟਾ ਬਚ ਗਿਆ ਜੀ ਉੱਪਰ ਆ, ਉਹਨੇ ਸਾਨੂੰ 10:30 ਫੋਨ ਕਰਿਆ ਜੀ। ਸਾਡਾ ਕੋਈ ਕੋਂਟੈਕਟ ਨਹੀਂ ਹੋ ਰਿਹਾ, ਸਾਨੂੰ ਕੋਈ ਨਹੀਂ ਕਿਸੇ ਨੇ ਪੁੱਛਿਆ ਜੀ ਅੱਜ ਤੱਕ, ਕੁਛ ਕੋਈ ਨਹੀਂ ਪੁੱਛ ਰਿਹਾ ਸਾਨੂੰ, ਕੁਛ ਨਹੀਂ ਕਰ ਰਿਹਾ ਜੀ। ਸਾਡੇ ਬੱਚੇ ਨੇ ਉੱਥੇ, ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਜੀ। ਸਾਡੇ ਘਰਾਂ 'ਚ ਪੂਰਾ ਜੀ ਮਾਹੌਲ ਬਹੁਤ ਦਹਿਸ਼ਤ ਦਾ ਮਾਹੌਲ ਹੋਇਆ, ਬੱਚੇ ਮੈਂ ਰੋਟੀ ਨਹੀਂ ਖਾਂਦੇ ਜੀ, ਬੱਚੇ ਬਿਲਕੁਲ ਡਰੇ ਪਏ ਨੇ ਸਾਰੇ ਰੋ ਰੋ ਕੇ, ਬੁਰਾ ਹਾਲ ਹੋਇਆ ਪਿਆ, ਹਰੇਕ ਘਰ ਦੇ ਰਿਸ਼ਤੇਦਾਰ ਆ ਰਹੇ ਨੇ।